ਲੰਬੀ ਜੀ ਤੌਣ ਵਾਲਾ ਮੁਰਗਾ ਕੱਢ ਲਾ, ਓਏ ਵੱਢ ਲਾ, ਬਣਾ ਲਾ ਕਰਾਰੀ ਜੀ ਤਰਕਾਰੀ, ਓਏ ਤੇਰਾ ਫੁੱਫੜ ਜੀ ਆਇਆ। ਐ ਕਰੋ ਫਿਰ ਮੈਂ ਰੋਟੀ ਬਾਹਰ ਹੀ ਖਾ ਲੂੰਗਾ। ਕਿਉਂ ਨਾ ਪੁੱਤ, ਸੁੱਖ ਨਾਲ ਜੋ ਤੂੰ ਕਹੇਗਾ ਅਸੀਂ ਘਰੇ ਬਣਾਵਾਂਗੀਆਂ। ਫਿਰ ਮੁਰਗਾ ਤਾਂ ਦੂਰ ਦੀ ਗੱਲ, ਮੁਰਗਾ ਛਾ ਪਟਾਕਾ ਵੀ ਕਿਸੇ ਨੇ ਚਲਾਇਆ ਨਾ, ਆਪਾਂ ਮੁੜ ਕੇ ਨਹੀਂ ਆਉਣਾ, ਅਸੀਂ ਵੈਸ਼ਨੂ ਆ। ਅੱਛਾ ਜੀ, ਆਪਾਂ ਤਾਂ ਨਾ ਮੀਟ ਖਰਾਬ ਨਾ ਆਂਡਾ ਕੁਛ ਨੀ। ਫਿਰ ਜੋ ਤੈਨੂੰ ਪਸੰਦ ਆ ਤੂੰ ਉਹੀ ਦੱਸ ਦੇ। ਤਾਜ਼ੀਆਂ ਸਬਜ਼ੀਆਂ ਬਣਾਓ, ਆ ਬਈਆਂ ਨੂੰ ਛੱਕ ਕੇ ਬਾਹਰ ਮਾਰੋ। ਸਾਗ ਜਿੰਨਾ ਮਰਜ਼ੀ ਬਿਹਾ ਹੋ ਜੇ ਓਨਾ ਹੀ ਕਰਾਰਾ ਬਣਦਾ ਹੈ, ਗੱਲਾਂ ਕਰ। ਆ ਬਈਆਂ ਚੀਜ਼ਾਂ ਨਾ ਹਾਜ਼ਮਾ ਖਰਾਬ ਕਰ ਦਿੰਦੀ। ਜੀਜਾ ਜੀ, ਹੋਰ ਜਿਹੜੀ ਮਰਜ਼ੀ ਸਬਜ਼ੀ ਬਣਵਾ ਲਿਓ, ਪਰ ਇਸ ਘਰ ਚ ਨਾ ਕੱਦੂ ਨੀ ਵੜਦਾ, ਫੁੱਫੜ ਜੀ ਨੂੰ ਸੰਦ ਹੀ ਨੀ ਹੈਗਾ। ਉਹ ਮੈਂ ਕੱਦੂ ਹੀ ਕਹਿਣ ਲੱਗਿਆ ਸੀ, ਆਪਾਂ ਕੱਦੂ ਖਾਵਾਂਗੇ। ਬਾਪੂ ਜੀ ਤੁਸੀਂ ਤਾਜ਼ੇ ਤਾਜ਼ੇ ਕੱਦੂ ਮੰਗਵਾਓ, ਅੱਜ ਆਪਾਂ ਸਾਰੇ ਕੱਦੂ ਖਾਵਾਂਗੇ। ਕਿਉਂ ਫੁੱਫੜ ਜੀ, ਛੱਡਦੇ ਮੁਰਗੇ ਨੂੰ, ਕਰਦੇ ਯਾਦ ਉਹਨੂੰ, ਕਹ ਜਿੰਨਾ ਚਿਰ ਛੋਟਾ ਪਰਾਉਣਾ ਉਹਨਾਂ ਚਿਰ ਐਸ਼ ਕਰੇ। ਤੂੰ ਸਿੱਧਾ ਤੂਤਾਂ ਵਾਲੇ ਖੇਤ ਨੂੰ ਕੱਦੂ ਲਿਆ, 5-7 ਕੱਚੇ ਕਚੂਚ ਜਿਹੇ, ਜਿੰਨਾ ਚਿਰ ਪਰਾਉਣਾ ਘਰੇ ਆ ਬਈ ਕੱਦੂ ਹੀ ਬਣੂਗਾ।